ਕਰੋਨਾ ਟੈਸਟ ਕਿੱਥੇ ਜਾ ਰਹੇ ਇੱਥੇ ਅਸੀਂ ਮਾਨਯੋਗ ਸਿਵਲ ਸਰਜਨ ਜੀ ਦੇ ਹਦਾਇਤਾਂ ਅਨੁਸਾਰ ਅਸੀਂ ਅੱਜ ਇੱਥੇ ਕਨਾਲ ਕਲੋਨੀ ਦੇ ਥਾਣੇ ਅੰਦਰ ਵਰਸਰਾਮ ਨਗਰ ਦੇ ਵਿੱਚ ਆਰ ਟੀ ਪੀ ਸੀ ਆਰ ਟੈਸਟ ਲੈ ਰਹੇ ਹਾਂ ਜਿਹੜਾ ਜਿਹੜੇ ਲੋਕਾਂ ਨੇ ਆਪਣਾ ਮਾਸਕ ਵਗੈਰਾ ਨਹੀਂ ਪਾਇਆ ਹੋਇਆ ਉਹਨਾਂ ਦਾ ਅਸੀਂ ਆਰ ਟੀ ਪੀ ਸੀ ਆਰ ਟੈਸਟ ਲਿੱਤਾ ਜਾਊਗਾ ਅਤੇ ਉਹਨਾਂ ਦੇ ਸਾਰਾ ਡਾਟਾ ਵਗੈਰਾ ਲਿੱਤਾ ਜਾ ਰਿਹਾ ਜੋ ਜੇਕਰ ਉਹਨਾਂ ਨੂੰ ਕੋਈ ਜੇਕਰ ਉਹਨਾਂ ਨੂੰ ਪੋਜ਼ਿਟਿਵ ਵਗੈਰਾ ਆਉਂਦਾ ਤਾਂ ਉਹਨਾਂ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਹੁਣ ਤੱਕ ਕਿੰਨੇ ਕੁ ਚੈੱਕਅਪ ਕਰ ਸਕੇ ਜੀ ਹੁਣ ਤੱਕ 50 ਦੇ ਕਰੀਬ ਅਸੀਂ ਸੈਂਪਲ ਲੈ ਚੁੱਕੇ ਹਾਂ ਕਿੰਨੇ ਕਿੰਨਾ ਟਾਰਗੇਟ ਹੈ ਜੀ ਟਾਰਗੇਟ ਕੋਈ ਨਹੀਂ ਅਸੀਂ ਜਿੰਨਾ ਚਿਰ ਅਸੀਂ ਇੱਥੇ ਆਪਣੇ ਕੋਆਰਡੀਨੇਸ਼ਨ ਦੇ ਨਾਲ ਜਿੰਨਾ ਵੀ ਹੋ ਸਕਦਾ ਅਸੀਂ ਉਹਦੇ ਸੈਂਪਲ ਲਵਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਚੈਕਿੰਗ ਅਭਿਆਨ ਤੇ ਤੁਸੀਂ ਟੈਸਟ ਕਰ ਰਹੇ ਹੋ ਜਿਹੜਾ ਕੋਰੋਨਾ ਮਹਾਮਾਰੀ ਕਾਫੀ ਫੈਲਣ ਕਰਕੇ ਤੇ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਸੰਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਇਹ ਅੱਜ ਆਰ ਟੀ ਪੀ ਸੀ ਆਰ ਕਰਾਇਆ ਜਾ ਰਿਹਾ ਆਪਣੇ ਇਹਨਾਂ ਦੀ ਹੈਲਥ ਡਿਪਾਰਟਮੈਂਟ ਦੀ ਹੈਲਪ ਨਾਲ ਇਹਨਾਂ ਟੀਮ ਨਾਲ ਲਈ ਗਈ ਹੈ ਅਤੇ ਸਾਡੇ ਨਾਲ ਜਿਹੜੇ ਕਾਕਾ ਜਿਹਨੇ ਮਾਰਸ਼ਲ ਜੀ ਜਿਹੜੇ ਟ੍ਰੈਫਿਕ ਦੇ ਨੇ ਇਹ ਵੀ ਨਾਲ ਸਾਡੇ ਹੈਲਪ ਕਰ ਰਹੇ ਨੇ ਅਤੇ ਅਸੀਂ ਪਬਲਿਕ ਦੀ ਹੈਲਪ ਨਾਲ ਇਹਨਾਂ ਦੀ ਹੈਲਪ ਨਾਲ ਅਸੀਂ ਸਾਰਾ ਇੱਕ ਆਪਣਾ ਕਰਾ ਰਹੇ ਹਾਂ ਇਹਨਾਂ ਦੇ ਟੈਸਟ ਅਤੇ ਜਿਨ੍ਹਾਂ ਦੇ ਮਾਸਕ ਨਹੀਂ ਲੱਗੇ ਉਹਨਾਂ ਨਾਲ ਨਾਲ ਚਲਾਨ ਵੀ ਕੀਤੇ ਜਾ ਰਹੇ ਆ ਚਲਾਨ ਵੀ ਅਸੀਂ ਕਰੀ ਜਾਂਦੇ ਕਰੀਬ 10-15 ਚਲਾਨ ਵੀ ਕਰ ਦਿੱਤੇ ਆ ਅਤੇ ਬਾਕੀ 35-40 ਦੇ ਕਰੀਬ ਅਸੀਂ ਟੈਸਟ ਆਰ ਟੀ ਪੀ ਸੀ ਆਰ ਟੈਸਟ ਕਰਵਾਏ ਨੇ ਨਾਲ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਕਿ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ ਅਤੇ ਜੋ ਸਰਕਾਰ ਦੀਆਂ ਹੈਲਥ ਡਿਪਾਰਟਮੈਂਟ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨ ਅਤੇ ਮੂੰਹ 'ਤੇ ਮਾਸਕ ਲਾ ਕੇ ਚੱਲਣ ਅਤੇ ਜੋ ਵੀ ਇਹਨਾਂ ਦਾ ਸੈਨੇਟਾਈਜ਼ ਦਾ ਇੰਤਜ਼ਾਮ ਜੋ ਵੀ ਸੋਸ਼ਲ ਡਿਸਟੈਂਸ ਨਾ ਰੱਖਣ ਸੈਨੇਟਾਈਜ਼ ਦਾ ਇਸਤੇਮਾਲ ਕਰਨ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।